ਬੈਠੀ ਸਾਧ ਸੰਗਤ ਜੀ, ਆਓ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲੈਕਚਰ ਦਾ ਵਿਸ਼ਾ ਹੈ ਅੰਮ੍ਰਿਤ ਵੇਲਾ। ਸੰਸਾਰ ਵਿੱਚ ਹਰ ਇੱਕ ਕੰਮ ਕਰਨ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਜਿਵੇਂ ਫਸਲ ਵਕਤ ਨਾਲ ਬੀਜੀ ਜਾਂਦੀ ਹੈ, ਦੁਕਾਨ ਖੁੱਲ੍ਹਣ ਦਾ ਸਮਾਂ ਹੁੰਦਾ ਹੈ, ਮਨੁੱਖ ਦੇ ਖਾਣ ਪੀਣ ਦਾ ਵੀ ਸਮਾਂ ਨਿਸ਼ਚਿਤ ਹੁੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਸੌਣ ਵਾਸਤੇ ਰਾਤ ਅਤੇ ਕੰਮ ਕਰਨ ਲਈ ਦਿਨ ਬਣਾਇਆ ਹੈ, ਬਚਪਨ ਸਿੱਖਿਆ ਹਾਸਲ ਕਰਨ ਲਈ, ਜਵਾਨੀ ਪਰਿਵਾਰ ਗ੍ਰਿਸਤੀ ਵਸਾਉਣ ਲਈ ਅਤੇ ਬੁਢੇਪਾ ਸਿਆਣਪ ਦਾ ਚਿੰਨ੍ਹ ਮੰਨ ਕੇ ਚੰਗੀ ਵਿਚਾਰ ਦੇਣ ਲਈ ਹੈ। ਸੋ ਕਹਿਣ ਤੋਂ ਭਾਵ ਹੈ ਕਿ ਹਰ ਖੇਤਰ ਵਿੱਚ ਸਮੇਂ ਦੀ ਖੇਡ ਹੈ। ਇਸੇ ਤਰ੍ਹਾਂ ਹਰ ਧੰਦੇ ਬੀਜਣ ਲਈ ਧਾਰਮਿਕ ਦੁਨੀਆ ਵੱਲੋਂ ਇੱਕ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਉਹ ਹੈ ਅੰਮ੍ਰਿਤ ਵੇਲਾ। ਗੁਰੂ ਰਾਮਦਾਸ ਜੀ ਸੂਹੀ ਰਾਗ ਅੰਦਰ ਫਰਮਾਉਂਦੇ ਹਨ, ਹਰ ਤਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੈ ਨਿਖੁੱਟੈ ਨਾਹੀ, ਹਲਤ ਪਲਤ ਹਰ ਧੰਨੈ ਕੀ ਭਗਤਾਂ ਕੋ ਮਿਲੀ ਵਡਿਆਈ। ਸਿੱਖ ਧਰਮ ਵਿੱਚ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ। ਪੁਰਾਤਨ ਸਮੇਂ ਦੇ ਗੁਰਸਿੱਖਾਂ ਦੇ ਜੀਵਨ ਵਿੱਚ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਬੜੀ ਪਰਪੱਕਤਾ ਸੀ, ਕਿਉਂਕਿ ਉਹ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ 'ਤੇ ਚੱਲਦੇ ਸਨ, ਜੋ ਕਿ ਗੁਰੂ ਰਾਮਦਾਸ ਜੀ ਨੇ ਗੌੜੀ ਰਾਗ ਅੰਦਰ ਇੱਕ ਗੁਰਸਿੱਖ ਦੇ ਜੀਵਨ ਲਈ ਟਾਈਮ ਟੇਬਲ ਉਲੀਕਿਆ ਹੈ। ਉਸ ਵਿੱਚ ਅੰਮ੍ਰਿਤ ਵੇਲੇ ਉੱਠਣਾ ਹੀ ਪਹਿਲਾ ਨੇਮ ਹੈ। ਆਪ ਜੀ ਫਰਮਾਉਂਦੇ ਹਨ, ਗੁਰਸਤ ਗੁਰ ਕਾਜ ਸਿੱਖ ਅਖਾਏ, ਸੋ ਭਲਕੈ ਉੱਠ ਹਰ ਨਾਮ ਧਿਆਵੈ, ਉਦਮ ਕਰੈ ਭਲਕੈ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਸੇ ਵਿਚਾਰ ਨੂੰ ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਫਰਮਾਉਂਦੇ ਹਨ, ਗੁਰਸਿੱਖ ਭਲਕੈ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰਕੈ ਬਚਨ ਉਚਾਰ ਕੈ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦੀ ਪ੍ਰੀਤ ਸੁਣਨ ਦਾ। ਇਸ ਵਿਚਾਰ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਗੁਰੂ ਸਾਹਿਬ ਉਸਨੂੰ ਹੀ ਸਿੱਖ ਮੰਨਦੇ ਹਨ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਅਤੇ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜਨਾ ਕਰਦਾ ਹੈ। ਅੰਮ੍ਰਿਤ ਵੇਲਾ ਐਸਾ ਸਮਾਂ ਹੁੰਦਾ ਹੈ ਜਦੋਂ ਮਨੁੱਖ ਦਾ ਮਨ ਇਕਾਗਰ ਹੁੰਦਾ ਹੈ ਅਤੇ ਉਹ ਸਹਿਜੇ ਹੀ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ। ਫਿਰ ਜਿਉਂ ਜਿਉਂ ਦਿਨ ਚੜ੍ਹਨ ਲੱਗ ਪੈਂਦਾ ਹੈ, ਉਸਦੇ ਮਨ ਦੀ ਬਰਤੀ ਖਿਲਣ ਲੱਗ ਪੈਂਦੀ ਹੈ। ਉਸਨੂੰ ਕੰਮਾਂ ਕਾਰਾਂ ਦੇ ਵਿੱਚੋਂ ਵੇਲ ਨਹੀਂ ਮਿਲਦਾ ਅਤੇ ਭੁੱਖ ਤਰੇ ਵੀ ਚਮਕਣ ਲੱਗ ਪੈਂਦੇ ਹਨ ਅਤੇ ਸਾਰਾ ਦਿਨ ਕੰਮ ਕਰਕੇ ਇਹ ਗੱਲ ਸੁਭਾਵਿਕ ਹੈ ਕਿ ਥਕਾਵਟ ਤਾਂ ਹੋਵੇਗੀ, ਥਕਾਵਟ ਨਾਲ ਨੀਂਦ ਆ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਰਾਤ ਸੌਂ ਕੇ ਗੁਜ਼ਾਰ ਲੈਂਦਾ ਹੈ। ਸੋ ਇਹਨਾਂ ਸਾਰਿਆਂ ਸਮਿਆਂ ਵਿੱਚੋਂ ਅੰਮ੍ਰਿਤ ਵੇਲਾ ਹੀ ਇੱਕ ਐਸਾ ਸਮਾਂ ਹੈ ਜਦੋਂ ਮਨੁੱਖ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜ ਸਕਦਾ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਾਬਾਹੀ ਸਾ ਲਾਹ ਜਿਨੀ ਧਿਆਇਆ ਇੱਕ ਮਨ, ਸੇਈ ਪੂਰੇ ਸ਼ਾਹ, ਵਖਤੈ ਉੱਪਰ ਲੜਮੂਏ ਦੂਜੇ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆਂ, ਬਹੁਤ ਪਏ ਅਸਗਾਹ, ਗੋਤੇ ਖਾਹੇ ਨਾ ਨਿਕਲੈ ਤੀਜੇ ਮੂਹੀ ਗਿਰਾਹ, ਭੁੱਖ ਤਿਖਾ ਦੋਏ ਭੌਂਕੀਆਂ, ਖਾਧਾ ਹੋਏ ਸਵਾਹ, ਭੀ ਖਾਣੇ ਸਿਉ ਦੋਸਤੀ, ਚੌਥੇ ਆਈ ਊਗ ਅੱਖੀ ਮੀਟ ਪਵਾਰ ਗਿਆ। ਜਦੋਂ ਅੰਮ੍ਰਿਤ ਵੇਲੇ ਦਾ ਅਭਿਆਸ ਪੱਕਾ ਹੋ ਜਾਂਦਾ ਹੈ ਤਾਂ ਮਨ ਅੱਠੇ ਪਹਿਰ ਪਰਮਾਤਮਾ ਦੀ ਯਾਦ ਵਿੱਚ ਜੁੜਨ ਲੱਗ ਪੈਂਦਾ ਹੈ। ਇਸ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਕਮਾਈ ਦੇ ਸਦਕਾ ਮਨ ਵਿਸ਼ਾ ਵਿਕਾਰਾਂ ਤੋਂ ਬਚਦਾ ਹੋਇਆ
ਆਤਮਕ ਅਡੋਲਤਾ ਵਿੱਚ ਜਾ ਟਿਕਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਧੰਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਅੰਮ੍ਰਿਤ ਵੇਲੇ ਨੂੰ ਅੰਮ੍ਰਿਤ ਬਣਾਉਣ ਲਈ ਰੱਬ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਦੀ ਤਾਕੀਦ ਕਰਦੇ ਹਨ ਕਿ ਇਸ ਨਾਲ ਮਾਨੋ ਰੱਬੀ ਸਿਫਤ ਸਲਾਹ ਦਾ ਕੱਪੜਾ ਹੀ ਮਿਲ ਜਾਂਦਾ ਹੈ। ਕੱਪੜਾ ਜਿਵੇਂ ਸਾਨੂੰ ਗਰਮੀ, ਸਰਦੀ, ਹਵਾ, ਪਾਣੀ, ਹਨੇਰੀ ਆਦਿ ਤੋਂ ਬਚਾ ਕੇ ਰੱਖਦਾ ਹੈ, ਨੰਗੀਸ ਕੱਜਦਾ ਹੈ, ਇਸੇ ਤਰ੍ਹਾਂ ਇਹ ਰੱਬੀ ਸਿਫਤ ਸਲਾਹ ਦਾ ਕੱਪੜਾ ਸਾਨੂੰ ਵਿਕਾਰਾਂ ਦੀ ਗਰਮੀ, ਵਿਕਾਰਾਂ ਦੀ ਠੰਡ, ਵਿਕਾਰਾਂ ਦੀ ਹਨੇਰੀ ਆਦਿ ਤੋਂ ਬਚਾ ਕੇ ਰੱਖਦਾ ਹੈ ਅਤੇ ਇਹ ਪੱਤ ਦਾ ਕੱਪੜਾ ਬਣ ਕੇ ਸਾਡੇ ਔਗਣਾਂ ਨੂੰ ਢੱਕ ਲੈਂਦਾ ਹੈ। ਇਸ ਕੱਪੜੇ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਨਾਲ ਮੁੱਖ ਦੁਆਰ ਭਾਵ ਰੱਬ ਦੀ ਅਭੇਦਤਾ ਦਾ ਪਤਾ ਲੱਗ ਜਾਂਦਾ ਹੈ। ਇਸ ਕੱਪੜੇ ਨੂੰ ਪਹਿਨ ਕੇ ਮਨ ਹਰ ਪ੍ਰਕਾਰ ਦੇ ਵਿਸ਼ਾ ਵਿਕਾਰਾਂ ਤੋਂ ਬਚਦਾ ਹੋਇਆ ਸਚਿਆਰ ਹੋ ਜਾਂਦਾ ਹੈ। ਸਚਿਆਰ ਹੀ ਜੀਵਨ ਦਾ ਆਦਰਸ਼ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ। ਸੰਸਾਰ ਅੰਦਰ ਸਵੇਰ ਤੋਂ ਕੀਤੀ ਮਿਹਨਤ ਸ਼ਾਮ ਦੇ ਵੇਲੇ ਪ੍ਰਾਪਤੀ ਦਾ ਵਕਤ ਹੁੰਦਾ ਹੈ, ਪਰ ਨਿਰੰਕਾਰ ਦੇ ਘਰ ਸਗੋਂ ਇਹ ਸਾਰੀ ਦਾਤ ਰਾਤ ਨੂੰ ਤਿਆਰ ਹੁੰਦੀ ਹੈ। ਪਹਿਲੇ ਪੈਰੇ ਫੁੱਲ ਬਣਦਾ ਹੈ, ਫਿਰ ਸਾਰੀ ਰਾਤ ਇਹ ਫੁੱਲ ਫਲ ਬਣ ਜਾਂਦਾ ਹੈ। ਜਿਹੜਾ ਸੇਵਕ ਰਾਤ ਨੂੰ ਸੌਣ ਲੱਗਿਆ ਸੋਹਿਲਾ ਸਾਹਿਬ ਦੀ ਬਾਣੀ ਰਾਹੀਂ ਫੁੱਲ ਲਈ ਅਰਦਾਸ ਕਰਦਾ ਹੈ, ਫਿਰ ਸਾਰੀ ਰਾਤ ਇਹ ਫੁੱਲ ਫਲ ਬਣ ਜਾਂਦਾ ਹੈ। ਜਿਹੜਾ ਸੇਵਕ ਅੰਮ੍ਰਿਤ ਵੇਲੇ ਉੱਠ ਕੇ ਇਸ ਫਲ ਦੀ ਦਾਤ ਨੂੰ ਪਰਮਾਤਮਾ ਪਾਸੋਂ ਪ੍ਰਾਪਤ ਕਰਦਾ ਹੈ, ਜੇਕਰ ਫਲ ਨੂੰ ਸਮੇਂ ਸਿਰ ਨਾ ਤੋੜਿਆ ਜਾਵੇ ਤਾਂ ਪ੍ਰਾਪਤੀ ਤੋਂ ਸੱਖਣੇ ਰਹਿ ਜਾਈਦਾ ਹੈ। ਇਸੇ ਤਰ੍ਹਾਂ ਜੋ ਪਰਮਾਤਮਾ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਇਸ ਫਲ ਦੀ ਦਾਤ ਨੂੰ ਪਰਮਾਤਮਾ ਪਾਸੋਂ ਪ੍ਰਾਪਤ ਕਰ ਲੈਂਦੇ ਹਨ। ਬਾਬਾ ਫਰੀਦ ਜੀ ਫਰਮਾਉਂਦੇ ਹਨ, ਪਹਿਲੇ ਪਹਿਰੇ ਫੁੱਲ ਡਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਗੁਰੂ ਅਰਜਨ ਦੇਵ ਜੀ ਦੀ ਵੀ ਪ੍ਰੇਮ ਭਰੀ ਪ੍ਰੇਰਣਾ ਹੈ ਕਿ ਅੰਮ੍ਰਿਤ ਵੇਲੇ ਪੌ ਫੁੱਟਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਆਪਣੀ ਜ਼ੁਬਾਨ ਤੇ ਰੱਖ ਲੈ, ਫਿਰ ਨਿਸ ਬਾਸੁਰ ਭਾਵ ਦਿਨ ਰਾਤ ਹੀ ਪਰਮਾਤਮਾ ਦੀ ਯਾਦ ਵਿੱਚ ਗੁਜ਼ਰੇਗਾ। ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਦੇ ਸਾਰੇ ਕਲਾ ਕਲੇਸ਼ਾਂ ਦਾ ਨਾਸ਼ ਹੋ ਜਾਵੇਗਾ। ਆਪ ਜੀ ਫਰਮਾਉਂਦੇ ਹਨ, ਚਾ ਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੇ ਉਪਾਦ। ਇਤਿਹਾਸਿਕ ਪੱਖ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਭਾਈ ਮਰਦਾਨਾ ਜੀ ਨੇ ਉਪਦੇਸ਼ ਮੰਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਉਪਦੇਸ਼ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਕੀਦ ਕੀਤੀ। ਗੁਰੂ ਅੰਗਦ ਦੇਵ ਜੀ ਨੇ ਜਦੋਂ ਢਿੰਗ ਨਾਮ ਦੇ ਨਾਈ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਉਸ ਉਪਦੇਸ਼ ਵਿੱਚ ਗੁਰਬਾਣੀ ਦਾ ਕੀਰਤਨ ਸੁਣਨ, ਸੰਗਤ ਦੀ ਸੇਵਾ ਕਰਨ ਅਤੇ ਅੰਮ੍ਰਿਤ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਵੀ ਗੁਰੂ ਉਪਦੇਸ਼ ਨੂੰ ਮਨ ਵਿੱਚ ਦ੍ਰਿੜ ਕਰਕੇ ਮੰਨਣ ਦੀ ਤਾਕੀਦ ਕੀਤੀ। ਗੁਰੂ ਰਾਮਦਾਸ ਜੀ ਦੇ ਵੇਲੇ ਜਦੋਂ ਭਾਈ ਮਈਆ, ਭਾਈ ਨਈਆ, ਭਾਈ ਜਾਪਾ ਅਤੇ ਭਾਈ ਤੁਲਸਾ ਆਦਿਕ ਨੇ ਫਰਿਆਦ ਕੀਤੀ, ਪਾਤਸ਼ਾਹ ਜੀ ਅਸੀਂ ਤਾਂ ਗ੍ਰਸਤ ਲਪੇਟੇ ਆਏ ਹੋਏ ਹਾਂ, ਕੋਈ ਉਧਾਰ ਦਾ ਰਾਹ ਦੱਸੋ, ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਜਿਵੇਂ ਘਰ ਦੇ ਕੰਮ ਧੰਦਿਆਂ ਨੂੰ ਪਿਆਰ ਕਰਦੇ ਹੋ ਤਿਵੇਂ ਹੀ ਗੁਰਬਾਣੀ ਨਾਲ ਪਿਆਰ ਕਰੋ। ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਸ਼ਰਧਾ ਸਹਿਤ ਪਾਠ ਕਰੋ। ਜਦੋਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦਿਓਗੇ ਤਾਂ ਮੋਹ ਟੁੱਟ ਜਾਏਗਾ, ਟੱਬਰ ਵੱਲੋਂ ਪ੍ਰੀਤ ਘਟੇਗੀ ਅਤੇ ਪ੍ਰਭੂ ਪ੍ਰੀਤ ਜਾਗੇਗੀ।
ਦਿਨ ਨੂੰ ਵੀ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ ਹੈ, ਪਰ ਕਿਰਤ ਨਹੀਂ ਛੱਡਣੀ। ਅੰਮ੍ਰਿਤ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮਨ ਲਾਇਆ, ਦਿਹਾੜੀ ਸੌਖੀ ਲੰਘੇਗੀ, ਮੋਹ ਦਾ ਰੋਗ ਨਹੀਂ ਵਿਆਪੇਗਾ। ਭਾਈ ਗੁਰਦਾਸ ਜੀ ਵੀ ਸਿਫਤ ਸਲਾਹ ਕਰਨ ਦਾ ਸਭ ਤੋਂ ਉੱਤਮ ਵੇਲਾ ਅੰਮ੍ਰਿਤ ਵੇਲਾ ਹੀ ਦੱਸਦੇ ਹਨ। ਭਾਈ ਸਾਹਿਬ ਕਹਿੰਦੇ ਹਨ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ ਉੱਠ ਕੇ ਸਾਵਧਾਨ ਹੋ ਕੇ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਨਾ ਕਰਦੇ ਹਨ। ਆਪ ਜੀ ਫਰਮਾਉਂਦੇ ਹਨ, ਕੁਰਬਾਨੀ ਤਿਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਵੰਦੇ, ਕੁਰਬਾਨੀ ਤਿਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ। ਸੋ ਇਸ ਵਿਚਾਰ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਵੀ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਮਝੀਏ ਅਤੇ ਅੰਮ੍ਰਿਤ ਵੇਲੇ ਉੱਠਣ ਦੇ ਨੇਮ ਨੂੰ ਆਪਣੇ ਜੀਵਨ ਵਿੱਚ ਪੱਕਾ ਕਰੀਏ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।